थाना रंगन नंगल विच पिछले साल 31/5 नूं 31/5/18 नूं केस रजिस्टर किया गया सी 46 नंबर मुकदमा साडा उहदे विच ठेकियां नूं अग लगाई गई 5 किराईयां 3 वालतन दोई अड्डे ते उह मड्यूल ब्रेकअप होया सी ਉਹ ਬ੍ਰੇਕ ਕੀਤਾ ਸੀ ਜਿਸ ਵੇਲੇ ਤੇ ਉੱਥੋਂ ਪਤਾ ਲੱਗਾ ਸੀ ਕਿ ਇੱਥੇ ਇਹਦਾ ਲਿੰਕਸ ਬਾਹਰ ਦੇ ਨੇ ਗੁਰਪਤਵੰਤ ਸਿੰਘ ਪੰਨੂ ਕੁਲਵੀਰ ਕੌਰ ਮੰਮਾ ਮਾਨ ਸਿੰਘ ਐਰਾ ਵਗੈਰਾ ਉਹ ਇਹਨਾਂ ਨੂੰ ਯੂਥ ਨੂੰ ਮੋਟੀਵੇਟ ਕਰਕੇ 2020 ਰੈਫਰੈਂਡਮ ਦੇ ਲਈ ਮੋਟੀਵੇਟ ਕਰਕੇ ਅਤੇ ਉਹਨਾਂ ਨੂੰ ਫੰਡਿੰਗ ਕਰਕੇ ਅਤੇ ਇਹ ਸਾਰਾ ਕਰਵਾ ਰਹੇ ਸੀ ਉਹਦੇ ਵਿੱਚ ਇਹ ਲੇਡੀ ਨੋਮੀਨੇਟਡ ਸੀ ਇਹਨਾਂ ਦੇ ਓਪਨ ਐਂਡਡ ਵਾਰੰਟ ਵੀ ਹਾਸਲ ਕੀਤੇ ਗਏ ਸੀ ਅਦਾਲਤ ਵੱਲੋਂ ਅਤੇ ਹੁਣ ਇਹ ਮਲੇਸ਼ੀਆ ਤੋਂ ਜਦੋਂ ਇੰਡੀਆ ਆਈ ਹੈ ਅਤੇ ਅਸੀਂ ਇਹਦੀ LOC ਜਾਰੀ ਕਰਵਾਈ ਸੀ ਅਤੇ ਉਹ ਏਅਰਪੋਰਟ ਵਾਲੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਡਿਟੇਨ ਕਰ ਲਿਆ ਇਹਨਾਂ ਨੂੰ ਅਤੇ ਉੱਥੇ ਕੱਲ੍ਹ ਰਾਤ ਨੂੰ ਮੈਂ ਜਾ ਕੇ ਅਤੇ ਉਹਨਾਂ ਤੋਂ ਮੇਰੇ ਹੈਂਡ ਓਵਰ ਕਰ ਦਿੱਤੇ ਅਸੀਂ ਅਰੈਸਟ ਕਰ ਲਈਏ ਅਤੇ ਅੱਜ ਅਦਾਲਤ 'ਚ ਪੇਸ਼ ਕੀਤਾ ਜੀ ਡਿਊਟੀ ਮਜਿਸਟਰੇਟ ਸਾਹਿਬ ਦੇ ਪੇਸ਼ ਕੀਤਾ ਜੀ ਉਹਨਾਂ ਦਾ 6 ਦਿਨ ਦਾ ਰਿਮਾਂਡ ਦਿੱਤਾ ਜੀ ਜੇ ਤੋਂ ਇਹ ਫਰਦਰ ਇਹ ਫੰਡਿੰਗ ਇਸ ਨੂੰ ਕੌਣ ਕਰਦਾ ਪਿੱਛੋਂ ਕਿੱਥੋਂ ਆਉਂਦੀ ਫੰਡ ਅੱਗੋਂ ਕਿਸ ਤਰ੍ਹਾਂ ਮੋਟੀਵੇਟ ਕਰਦੇ ਹੋਰ ਇਹਦੇ ਨਾਲ ਸ਼ਡਿਊਲ ਵਿੱਚ ਕਿਹੜੇ ਕਿਹੜੇ ਬੰਦੇ ਜੁੜੇ ਨੇ ਉਹ ਸਭ ਪਤਾ ਕਰਨ ਲਈ ਕੀਤਾ ਜਾਵੇਗਾ।